ਦਸਾਂਝਾਂ ਵਾਲੇ ਨੂੰ ਪੰਜਾਬ ਦੇ ਵਿੱਚ ਤਾਂ ਸਾਰੇ ਪਿਆਰ ਕਰਦੇ ਨੇ ਤੇ ਦੁਨੀਆ ਭਰ ਦੇ ਵਿੱਚ ਵੀ ਬਹੁਤ ਸਾਰੇ ਚਾਹੁਣ ਵਾਲੇ ਨੇ ਸਾਡੇ ਦਿਲਜੀਤ ਦੋਸਾਂਝ ਦੇ। ਪਰ ਜੇ ਗੱਲ ਕਰੀਏ ਬਾਲੀਵੁੱਡ ਦੀ ਤਾਂ ਬਾਲੀਵੁੱਡ ਦੇ ਵਿੱਚ ਵੀ ਦਸਾਂਝਾਂ ਵਾਲੇ ਦੇ ਇੰਨੇ ਕੁ ਜ਼ਿਆਦਾ ਚਾਹੁਣ ਵਾਲੇ ਨੇ, ਉਸਦੇ ਬੋਲਾਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਨੇ। ਅਤੇ ਇਸਦੀ ਉਦਾਹਰਣ ਜਿਹੜੀ ਹੈ ਉਹ ਰਾਧਿਕਾ ਅਤੇ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ ਫੰਕਸ਼ਨਸ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਦਸਾਂਝਾਂ ਵਾਲੇ ਦੇ ਬੋਲਾਂ 'ਤੇ ਥਰਕਦੇ ਨਜ਼ਰ ਆਏ ਬਾਲੀਵੁੱਡ ਦੇ ਕਈ ਸਿਤਾਰੇ। ਕਈ ਛੱਡੋ, ਸਾਰੇ ਹੀ ਸਿਤਾਰੇ ਦਸਾਂਝਾਂ ਵਾਲੇ ਦੇ ਬੋਲਾਂ 'ਤੇ ਥਰਕਦੇ ਨਜ਼ਰ ਆਉਂਦੇ ਨੇ। ਤੇ ਫਿਰ ਚਾਹੇ ਉਹ ਖੁਦ ਅਨੰਤ ਅੰਬਾਨੀ ਹੋਣ ਜਾਂ ਰਾਧਿਕਾ ਹੋਵੇ ਜਾਂ ਫਿਰ ਕਰਿਸ਼ਮਾ ਕਪੂਰ, ਕਰੀਨਾ ਕਪੂਰ, ਕਿਆਰਾ ਅਡਵਾਨੀ, ਕਿਸ ਕਿਸ ਦੀ ਗੱਲ ਕਰ ਲਈਏ, ਸਾਰੇ ਹੀ ਦਸਾਂਝ ਵਾਲੇ ਦੇ ਗੀਤਾਂ 'ਤੇ ਝੂਮਦੇ ਨਜ਼ਰ ਆਉਂਦੇ ਨੇ। ਜਦੋਂ ਦਿਲਜੀਤ ਦੋਸਾਂਝ ਉੱਥੇ ਲਾਈਵ ਸਿੰਗਿੰਗ ਕਰਦਾ ਹੈ ਤਾਂ ਕਿਸੇ ਦੇ ਵੀ ਹੱਥ ਜਿਹੜੇ ਨੇ ਉਹ ਨਹੀਂ ਰੁਕਦੇ, ਕਿਸੇ ਦੇ ਵੀ ਪੈਰ ਨਹੀਂ ਰੁਕਦੇ, ਹਰ ਕੋਈ ਜਿਹੜਾ ਨੱਚਦਾ ਟੱਪਦਾ ਨਜ਼ਰ ਆਉਂਦਾ। ਅੰਬਾਨੀ ਜੀ ਤਾਂ ਗੱਲ ਹੀ ਕੀ ਕਰੀਏ ਕਿ ਜਿੱਥੇ ਉਹ ਦਿਲਜੀਤ ਦੋਸਾਂਝ ਦੇ ਨਾਲ ਗੁਜਰਾਤੀ ਦੇ ਵਿੱਚ ਗੱਲ ਕਰਦੇ ਨੇ, ਉਹਨਾਂ ਨੂੰ ਗੁਜਰਾਤੀ ਵੀ ਸਿਖਾਉਂਦੇ ਨੇ ਤੇ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਦੋਸਾਂਝ ਨੂੰ ਸਪੈਸ਼ਲੀ ਲੈਣ ਦੇ ਲਈ ਇੱਕ ਪ੍ਰਾਈਵੇਟ ਜੈੱਟ ਭੇਜਿਆ ਗਿਆ ਸੀ। ਆਪਣੇ ਪ੍ਰਾਈਵੇਟ ਜੈੱਟ 'ਤੇ ਸਵਾਰ ਹੋ ਕੇ, ਕੁੜਤਾ ਪਜਾਮਾ ਪਾ ਕੇ, ਲਾਲ ਸੂਹੇ ਰੰਗ ਦੀ ਪੱਗ ਬਣ ਕੇ, ਫੁੱਲ ਟੌਰ ਕੱਢ ਕੇ ਦੋਸਾਂਝ ਵਾਲਾ ਜਾਮਨਗਰ ਦੇ ਵਿੱਚ ਪਹੁੰਚਦਾ ਹੈ ਜਿੱਥੇ ਪ੍ਰੋਗਰਾਮ ਚੱਲ ਰਹੇ ਸੀ। ਅਤੇ ਪੂਰੇ ਪ੍ਰੋਗਰਾਮ ਦੇ ਵਿੱਚ ਹਰ ਕਿਸੇ ਨੇ ਦਿਲਜੀਤ ਦੋਸਾਂਝ ਦੇ ਗਾਣਿਆਂ 'ਤੇ ਇੰਨਾ ਕੁ ਜ਼ਿਆਦਾ ਇੰਜੋਏ ਕੀਤਾ ਅਤੇ ਜਿਸ ਤੋਂ ਇਹ ਗੱਲ ਸਾਫ਼ ਕਲੀਅਰ ਹੋ ਗਈ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਦੋਸਾਂਝ ਵਾਲਾ ਹਰੇਕ ਦੇ ਦਿਲਾਂ 'ਤੇ ਰਾਜ ਕਰਦਾ ਤਾਂ ਉੱਥੇ ਹੀ ਬਾਲੀਵੁੱਡ ਦੇ ਸਿਤਾਰੇ, ਫਿਰ ਚਾਹੇ ਉਹ ਵਿੱਕੀ ਕੌਸ਼ਲ ਹੀ ਕਿਉਂ ਨਾ ਹੋਣ ਜੋ ਕਿ ਵੈਸਾ ਸਾਡਾ ਪੰਜਾਬ ਦਾ ਹੀ ਪੁੱਤਰ ਹੈ, ਅਤੇ ਉਹਨਾਂ ਨੂੰ ਦਿਲਜੀਤ ਦੋਸਾਂਝ ਦੇ ਗਾਣੇ ਜਿਹੜੇ ਨੇ ਇੰਨੇ ਕੁ ਜ਼ਿਆਦਾ ਪਸੰਦ ਆਏ ਨੇ ਕਿ ਉਹ ਉੱਥੇ ਖੁਦ ਜਦੋਂ ਦਿਲਜੀਤ ਸਟੇਜ 'ਤੇ ਗਾ ਰਹੇ ਸੀ ਤਾਂ ਨਿੱਚੇ ਵਿੱਕੀ ਕੌਸ਼ਲ ਵੀ ਉਹਨਾਂ ਦੇ ਬੋਲਾਂ ਨੂੰ ਰਿਪੀਟ ਕਰਦੇ ਨਜ਼ਰ ਆਏ। ਅਤੇ ਤਸਵੀਰਾਂ ਜਿਹੜੀਆਂ ਨੇ ਹਰ ਕੋਈ ਕਾਫੀ ਜ਼ਿਆਦਾ ਪਸੰਦ ਕਰ ਰਿਹਾ ਹੈ ਅਤੇ ਹਰ ਕੋਈ ਜਿਹੜਾ ਬਾਲੀਵੁੱਡ ਦਾ ਹਰ ਇੱਕ ਸਿਤਾਰਾ ਦਿਲਜੀਤ ਨੂੰ ਕਾਫੀ ਜ਼ਿਆਦਾ ਪਿਆਰ ਵੀ ਦੇ ਰਿਹਾ।